ਮੁਲਾਜ਼ਮਾਂ ਦੀਆਂ ਮੀਟਿੰਗਾਂ ਰਹਿੰਦਾ ਰਿਹਾ ਔਰ ਉਹਨਾਂ ਦੇ ਜਿਹੜੇ ਮਸਲੇ ਉਹਨਾਂ ਨਾਲ ਬੈਠ ਕੇ ਹੱਲ ਕਰਦਾ ਰਿਹਾ। ਪਿਛਲੀ ਗੌਰਮੈਂਟ ਨੇ ਤਾਂ ਕਦੇ ਮੁਲਾਜ਼ਮਾਂ ਨਾਲ ਗੱਲਬਾਤ ਹੀ ਨਹੀਂ ਕੀਤੀ ਅਤੇ ਕੱਚਾ ਤਾਂ ਹੋਣਾ ਹੀ ਨਹੀਂ ਚਾਹੀਦਾ। ਵੇਖੋ ਪਰਿਵਾਰ ਦਾ ਖਰਚ ਜਿਹੜਾ ਹੈ ਉਹ ਕੱਚੇ ਦਾ ਵੀ ਉਹਨਾਂ ਦੇ ਪੱਕੇ ਦਾ ਵੀ ਹੋਣਾ ਹੈ ਅਤੇ ਜੇ ਕਿਸੇ ਨੂੰ ਹੋਣਾ 10-10 ਸਾਲ 15-15 ਸਾਲ ਦੇ ਲੋਕ ਬੈਠੇ ਆ ਜਿਹੜੇ ਕੱਚੇ ਨੇ ਇਸ ਕਰਕੇ ਪੱਕੇ ਤਾਂ ਹੋਣੇ ਚਾਹੀਦੇ ਉਹਨਾਂ ਦਾ ਰਾਈਟ ਬਣਦਾ। ਹੋਰ ਕਿੰਨੇ ਕੁ ਲੈਂਦੇ ਆ ਜਿੰਨੇ ਕੁ ਲੈਣ ਕੇ ਚੰਗਾ ਮੈਂ ਕੋਈ ਮਾੜਾ ਤਾਂ ਨਹੀਂ ਆਉਂਦਾ ਪਰ ਇਹ ਪਤਾ ਲੱਗੂਗਾ ਜਦੋਂ ਹੋਰ। ਇੱਕ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਕਿ ਦੇਖੋ ਪੰਜਾਬ ਦਾ ਹੱਕ ਦੂਜੇ ਲਈ ਜਾਂਦੇ। ਪਹਿਲਾਂ ਤਾਂ ਅਸੀਂ ਆਖਦੇ ਸਾਂ ਪੰਜਾਬ ਦਾ ਪਾਣੀ ਗਿਆ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਗਏ, ਪੰਜਾਬ ਦੀ ਰਾਜਧਾਨੀ ਗਈ। ਹੁਣ ਪੰਜਾਬ ਦੇ ਜਿਹੜੇ ਰਾਜਾ ਸਭਾ ਦੇ ਮੈਂਬਰ ਸਨ ਉਹ ਵੰਡੇ ਆ ਵੀ ਇੰਨੇ ਪੰਜਾਬ ਨੂੰ ਦੇਣੇ ਆ, ਇਹਨਾਂ ਨੇ ਉਹ ਸਾਰੇ ਬਾਹਰਲੇ ਦੇਤੇ ਜਾਂ ਕਰੋੜਪਤੀ ਬੰਦੇ ਦੇ। ਪੰਜਾਬ ਨਾਲ ਬੜਾ ਧੋਖਾ ਕੀਤਾ। ਅਸੀਂ ਸ਼ੁਰੂ ਤੋਂ ਆਖਦੇ ਸਨ ਕਿ ਇਹ ਪੰਜਾਬ ਨਾਲ ਇਹਨਾਂ ਦੀ ਕੋਈ ਹਮਦਰਦੀ ਨਹੀਂ, ਸਾਰੇ ਫੈਸਲੇ ਉੱਤੇ ਹੋਣਗੇ। ਇਹਦਾ ਪਹਿਲਾ ਜਿਹੜਾ ਫੈਸਲਾ ਕਿੱਡਾ ਗਲਤ ਹੋਇਆ ਇਹਦੇ 'ਤੇ ਅਖਬਾਰਾਂ ਵਾਲੇ ਨੇ ਵੀ ਲਿਖਿਆ ਅਤੇ ਮੈਂ ਇਹਦੀ ਬਹੁਤ ਮਿਹਨਤ